सुंडी नाल नरमे की खराब हो रही फसल का जायजा लैन लई बीते कल पंजाब दे खेतीबाड़ी मंत्री कुलदीप सिंह धालीवाल बठिंडा दौरे ते पहुंचे सी, जिथे उन्होंने किसानां नाल गलबात करके उन्हां दीआं समस्यावां सुनिया। इस दौरान उन्होंने ऐलान किया कि मार्केट विच विक रहीआं घटिया किस्म दीआं पैस्टीसाइड अते बीजां उत्ते शिकंजा कसण लई फ्लाइंग दस्ते बनाए जाणगे, जिस ते अमल करदे होए अज अगले दिन ही बठिंडा विच वख-वख फैक्टरीआं अते गोदामां दी अचनचे चैकिंग शुरू कर दित्ती गई है। जसविंदरपाल सिंह गरेवाल, जॉइंट डायरेक्टर खेतीबाड़ी पंजाब। ये जी अज की मतलब कि बठिंडा विखे स्पैशल चैकिंग मतलब की जा रही है, ये अपने कल 12 जुलाई को मतलब अपने खेतीबाड़ी मंत्री श्री कुलदीप सिंह धालीवाल जी वालों उरे नरमा पट्टी के मतलब चिट्टी मक्खी के गुलाबी सुंडी लैके मतलब मीटिंग की गई थी, तो फील्ड के दौरा भी किया गया सी। उत्थे किसानों वालों शिकायतों के आधार पर पाया गया भी मतलब कि ज़्यादातर जिहड़े मतलब कि अपने डीलर ने जां मतलब कि स्टॉकिस्ट ने वह कई मतलब कि जिहड़े हैगे आ अनधिकारित दवाइया जां नकली दवाइया खादा मतलब कि वह बेच रहे हैं, उन्होंने कंट्रोल करने वास्ते मतलब कि अपने जिहड़े खेतीबाड़ी मंत्री जी ने उन्हां वालों मतलब कि एक स्टेट पद्धरी जिहड़ी टीम आ वह मतलब कि बनाई गई आ, उहदे तहत मतलब कि अज जिहड़ी कार्रवाई आ चैकिंग आ जिहड़ी वह बठिंडा विखे की गई आ। इहदे विच वख वख गोदाम ने जिहड़े उन्हां दी चैकिंग की गई है, उन्होंने एक डैटसन लाइफ साइंस का गोदाम है जिहड़ा उहदी भी चैकिंग की है, उहदे विचों अनधिकारित जिहड़े मतलब कि कुछ खादा पाई गई ने उन्हां दे खिलाफ सैंपल लैके कार्रवाई जिहड़ी हैगी उह की जा रही है। किन्ने शख्स ने जिन्हां दे खिलाफ कार्रवाई हुण की गई है? ये मतलब हुण देखो जी उहदे विच पता लगेगा भी किन्ने बंदे उहदे विच इंटेंगल हुंदे आ, ते उहदे तहत मतलब कि जिहड़ी हैगी आ तुसीं जिहड़ी हैगी सौंपती है सौंपणी है हजे, उह मतलब कि पुलिस नूं दित्ती जा रही है। पुलिस नूं हजे दित्ती जा रही है? जी जी। लाइसेंस नहीं दवाइयां नाल लाइसेंस बिना अधिकार पत्र तों बिना लाइसेंस तों मतलब जिहड़ी सेल आ उह की गई है, जिहड़े प्रोडक्ट बिना अधिकार पत्र लाइसेंस तों सीगे उहनां दी जिहड़ी स्टॉक आ सेल आ जिहड़ी ਉਹ ਬੰਦ ਕਰ ਦਿੱਤੀ। ਸੈਂਪਲਿੰਗ ਵੀ ਲਈ ਗਈ ਹੈ ਨਾ ਜਿਹੜੀ? ਸੈਂਪਲਿੰਗ ਵੀ ਲਈ ਗਈ ਹੈ ਜੀ, ਮੈਂ ਇਹਦੇ ਵਿੱਚੋਂ ਮੈਂ ਕੋਈ ਸੈਂਪਲ ਵੀ ਫਰਮ ਤੇ ਭਰੇ ਗਏ ਨੇ, ਤੇ ਬਾਕੀ ਜਿਹੜੀ ਕਾਰਵਾਈ ਆ ਉਹ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਉਹ ਜਿਸ ਤੱਕ ਕੱਲ ਸਾਡੇ ਬੀਤੇ ਕੱਲ ਮਾਨਯੋਗ ਸਾਡੇ ਖੇਤੀਬਾੜੀ ਮੰਤਰੀ ਜੀ ਆਏ ਸੀ, ਉਹਨਾਂ ਵੱਲੋਂ ਸਖਤ ਹਦਾਇਤ ਸੀ ਵੀ ਆਪਾਂ ਇੱਕ ਉਹਨਾਂ ਨੇ ਸਟੇਟ ਲੈਵਲ ਦੀਆਂ ਜੋ ਟੀਮ ਬਣਾਈ ਸੀ ਉਹ ਟੀਮ ਸਾਡੇ ਕੋਲ ਜੇ ਬਠਿੰਡੇ ਪਹੁੰਚੀ ਆ, ਅੱਗੇ ਅਸੀਂ ਡਿਸਟ੍ਰਿਕਟ ਦੇ ਵਿੱਚ ਆਡਰ ਟੀਮਾਂ ਬਣਾ ਕੇ ਚੈਕਿੰਗ ਕਰ ਰਹੇ ਹਾਂ। ਉਹ ਚੈਕਿੰਗ ਦੇ ਦੌਰਾਨ ਅਸੀਂ ਸਿਵੀਆਂ ਰੋਡ 'ਤੇ ਇੱਕ ਗਡਾਊਂਡ ਸਥਿਤ ਹੈ, ਉਹ ਜੋ ਮਤਲਬ ਡੈਸਟਜਨ ਲਾਈਫ ਸਾਇੰਸ ਦਾ ਉਹ ਗਡਾਊਂਡ ਹੈ, ਸ਼੍ਰੀ ਸ਼ਾਮ ਜੀ, ਹਾਂ ਸ਼੍ਰੀ ਰਾਮ ਕੰਪਲੈਕਸ ਦੇ ਵਿੱਚ ਉਹ ਸਥਿਤ ਹੈ। ਉਸ ਗਡਾਊਂਡ ਦੀ ਚੈਕਿੰਗ ਕੀਤੀ ਗਈ, ਉਹ ਚੈਕਿੰਗ ਦੇ ਵਿੱਚ ਅਸੀਂ ਪਾਇਆ ਕਿ 3-4 ਪ੍ਰੋਡਕਟ ਜੀ ਇਸ ਕੰਪਨੀ ਵੱਲੋਂ ਖਾਦਾਂ ਦੇ ਪ੍ਰੋਡਕਟ ਸੀ ਜਿਨ੍ਹਾਂ ਦੀ ਇਹਨਾਂ ਨੇ ਆਪਦੇ ਲਾਇਸੈਂਸ ਵਿੱਚ ਐਡੀਸ਼ਨ ਨਹੀਂ ਕਰੀ ਸੀ। ਕੁਛ ਪ੍ਰੋਡਕਟ ਐਸੇ ਸੀ ਜਿਨ੍ਹਾਂ ਦੀ ਵੇਚਣ ਦੀ ਇਹਨਾਂ ਨੂੰ ਪਰਮਿਸ਼ਨ ਹੀ ਨਹੀਂ ਸੀ, ਉਹ ਉਹਨਾਂ ਦਾ ਅਸੀਂ ਜਿਹੜਾ ਸਾਰਾ ਸਟਾਕ ਹੈ ਉਹ ਚੈੱਕ ਕਰਕੇ ਸਾਰਾ ਸਟਾਕ ਦੀ ਇਨਵੈਂਟਰੀ ਬਣਾ ਕੇ ਜੋ ਵੀ ਵੱਖ ਵੱਖ ਸਾਡੇ ਜਿਹੜੀਆਂ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਹੈ ਉਹਦੀ ਜੋ ਧਰਾਵਾਂ ਦੇ ਇਹਨਾਂ ਨੇ ਵਾਇਲੇਸ਼ਨ ਕੀਤੀ ਆ ਉਲੰਘਣਾ ਕੀਤੀ ਆ ਉਹਨਾਂ ਦਾ ਬਕਾਇਦਾ ਵੇਰਵਾ ਦੇ ਕੇ ਅਸੀਂ ਉਹ ਪੁਲਿਸ ਨੂੰ ਦਿੱਤਾ ਵੀ ਆਪਦੀ ਕਸਟਡੀ ਵਿੱਚ ਮਾਲ ਲਿਆ ਜਾਵੇ ਔਰ ਸਾਡੀਆਂ ਇਹ ਧਰਾਵਾਂ ਪਲੱਸ ਜੋ ਪੁਲਿਸ ਦੀਆਂ ਧਰਾਵਾਂ ਬਣਦੀਆਂ ਉਹਦੇ ਤਹਿਤ ਇਸ 'ਤੇ ਕਾਰਵਾਈ ਕੀਤੀ। ਵਾਇਲੈਂਸ ਦੀ ਤੁਸੀਂ ਗੱਲ ਕੀਤੀ ਹੈ ਕਿ ਵਰਤਾਰਾ ਇਹਨਾਂ ਦਾ ਤਾਂ ਬਹੁਤ ਜ਼ਿਆਦਾ ਰਿਊਡਲੀ ਰਫਲੀ ਸੀਗਾ, ਇਹ ਤਾਂ ਸਾਨੂੰ ਚਲੋ ਵਰਤਾਵਾ ਇੱਕ ਤਾਂ ਗੁਨਾਹ ਅਤੇ ਉੱਤੋਂ ਫਿਰ ਇੱਦਾਂ ਦਾ ਵਰਤਾਰਾ, ਚਲੋ ਉਹ ਇਹਨਾਂ ਜੋ ਅਸੀਂ ਜੋ ਚੈਕਿੰਗ ਕਰਨੀ ਹੈ ਸਾਡਾ ਅਸੀਂ ਇਸ ਚੀਜ਼ ਨਾਲ ਕੋਈ ਮਤਲਬ ਸਾਡਾ ਕੋਈ ਨਹੀਂ, ਅਸੀਂ ਤਾਂ ਜੋ ਚੈਕਿੰਗ ਕਰਨੀ ਕਰਨੀ ਹੈ, ਚਾਹੇ ਕੋਈ ਕੁਛ ਕਹੀ ਜਾਵੇ ਕੁਛ ਨਾ ਕਹੀ ਜਾਵੇ ਅਸੀਂ ਉਹਨਾਂ ਦੀ ਨਹੀਂ ਸੁਣਨੀ, ਅਸੀਂ ਉਹਨਾਂ ਤੋਂ ਰਿਕਾਰਡ ਪ੍ਰੋਡਿਊਸ ਕਰਾਉਣਾ ਉਹ ਅਸੀਂ ਪ੍ਰੋਡਿਊਸ ਕਰਵਾ ਹੀ ਲੈਣਾ, ਜੇ ਨਾ ਪ੍ਰੋਡਿਊਸ ਕਰਨਗੇ ਅਸੀਂ ਇਹਨਾਂ 'ਤੇ ਪੁਲਿਸ ਦੀ ਕਾਰਵਾਈ ਹੋਰ ਕਰ ਦਾਂਗੇ, ਧਰਾਵਾ ਹੋਰ ਲੈ ਲਾਂਗੇ, ਸਾਨੂੰ ਰਿਕਾਰਡ ਨਹੀਂ ਦਿਖਾ ਰਹੇ। ਬਟ ਇਹ ਤਾਂ ਹੁਣ ਕੀਤਾ ਹੀ ਇਹਨਾਂ ਨੇ, ਅੱਜ ਆਪਣੇ ਸਾਹਮਣੇ ਕੀਤਾ ਗਿਆ ਅਤੇ ਚਲੋ ਉਹ ਸਾਡੇ ਜਦੋਂ ਤੁਹਾਡੇ ਆਉਣ 'ਤੇ ਥੋੜ੍ਹਾ ਜਿਹਾ ਇਹਨਾਂ ਦੀ ਰਿਐਕਸ਼ਨ ਹੋਰ ਸੀ, ਉਸ ਤੋਂ ਪਹਿਲਾਂ ਇਹਨਾਂ ਨੇ ਰਿਕਾਰਡ ਦਿਖਾਉਣ ਵਿੱਚ ਜਾਂ ਇਸ ਤੱਕ ਨਹੀਂ ਕੋਈ ਵਾਇਲੇਸ਼ਨ ਤਾਂ ਨਹੀਂ ਕੀਤੀ, ਉਹ ਸਾਨੂੰ ਰਿਕਾਰਡ ਇਹਨਾਂ ਪ੍ਰੋਪਰਲੀ ਦਿਖਾ ਦਿੱਤਾ ਜੋ ਅਸੀਂ ਮੰਗਿਆ, ਜੋ ਕਹਿ ਰਹੇ ਸੀ ਹੈ ਨਹੀਂ ਸਾਡੇ ਕੋਲ ਉਹ ਅਸੀਂ ਧਾਰਾ ਦੇ ਉਲਟ ਇਹਨਾਂ ਦੇ ਖਿਲਾਫ਼ ਧਾਰਾ ਲਾਤੀ ਹੈ ਵੀ ਆਹ ਸਾਨੂੰ ਰਿਕਾਰਡ ਜਿਸ ਤਰ੍ਹਾਂ ਕੋਈ ਲਿਆਜ ਨਹੀਂ, ਘਰ ਵਿੱਚ ਕੋਈ ਲਿਆਜ ਕਿਸੇ ਤਰ੍ਹਾਂ ਦੀ ਕੋਈ ਲਿਆਜ ਨਹੀਂ ਕਿਸੇ ਨਾਲ ਔਰ ਇਕੱਲੀ ਇਹਨਾਂ ਦੀ ਚੈਕਿੰਗ ਨਹੀਂ ਹੋ ਰਹੀ, ਅਸੀਂ ਬਠਿੰਡਾ ਦੇ ਵਿੱਚ ਸਾਡੀਆਂ ਵੱਖ ਵੱਖ ਜਿਹੜੀਆਂ ਅਸੀਂ 10 ਟੀਮਾਂ ਬਣਾਈਆਂ ਉਹ ਮੰਡੀ ਦੇ ਵਿੱਚ ਹੋਰ ਗਡਾਊਂਡ ਵੀ ਚੈੱਕ ਕਰ ਰਹੇ ਹਾਂ, ਉਹਦੀ ਜੋ ਸ਼ਾਮ ਤੱਕ ਦੀ ਜੋ ਵੀ ਕਾਰਵਾਈ ਹੋਊਗੀ ਉਹ ਅਸੀਂ ਜੋ ਉਹਦੀਆਂ ਧਰਾਵਾਂ ਦੇ ਮੁਤਾਬਕ ਕੋਈ ਉਲੰਘਣਾ ਕਰਨਗੇ ਉਹ ਅਸੀਂ ਕਾਰਵਾਈ ਕਰ ਦਿੱਤੀ ਜਾਵੇਗੀ। ਸੈਂਪਲਿੰਗ ਵੀ ਹੋਈ ਹੈ, ਪੁਲਿਸ ਦੀ ਕਾਰਵਾਈ ਉਹ ਹੋਊਗੀ, ਸਾਡੇ ਜਿਹੜਾ ਫਰਟੀਲਾਈਜ਼ਰ ਕੰਟਰੋਲ ਆਰਡਰ ਦੀਆਂ ਧਰਾਵਾਂ ਦੇ ਤਹਿਤ ਜੋ ਕੋਈ ਵਾਇਲੇਸ਼ਨ ਕੀਤੀ ਹੈ ਉਹ ਹੋਊਗੀ ਔਰ ਇਹਨਾਂ ਦੀ ਜੋ ਵੀ ਕਾਰਵਾਈ ਕੀਤੀ ਗਈ ਹੈ ਇਹ ਮਾਨਯੋਗ ਮੰਤਰੀ ਜੀ ਨੂੰ ਅੱਜ ਹੀ ਉਹਦੇ ਬਾਰੇ ਦੱਸ ਦਿੱਤਾ ਜਾਵੇਗਾ। ਰਾਈਟ ਸਰ।
ਹੁਣ ਇਹਨਾਂ ਅਣਅਧਿਕਾਰਤ ਦਵਾਈਆਂ ਸਪਲਾਈ ਕਰਨ ਵਾਲਿਆਂ 'ਤੇ ਕੀ ਕਾਰਵਾਈ ਹੁੰਦੀ ਹੈ ਇਹ ਦੇਖਣ ਵਾਲੀ ਗੱਲ ਹੈ। ਸਹਿਯੋਗੀ ਸੁਨੀਲ ਮਹਿਰਾ ਦੇ ਨਾਲ ਦੇਵਕਰਨ, ਪੰਜ ਪਾਣੀ ਟੀਵੀ, ਬਠਿੰਡਾ। ਸਾਡੇ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਪੰਜ ਪਾਣੀ ਟੀਵੀ ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਈਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ।